ਕਾਚੇ ਵੀਰ ਸਾਰੇ ਟਰੈਕਟਰ ਲਾਗੇ ਲਾਗੇ ਕਰਕੇ ਹਿਲਾਰ ਕੇ ਤੋਰਨੇ ਆ ਪਿੱਛੋਂ ਜਿੰਨੇ ਟਰੈਕਟਰ ਵੀ ਕੰਮ ਤੇ ਆਉਣ ਡਈ ਆ ਸਾਰਿਆਂ ਨੂੰ ਚੜ ਮਿਲਦੇ ਵਾਹਿਗੁਰੂ ਜੀ ਤੋਂ ਜ਼ਿਆਦਾ ਜਾਣੀ ਹੋ
ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੋ ਇਹ ਗੁਰੂ ਨਾਨਕ ਦਾ ਘਰ ਹੈ, ਗਰੀਬਾਂ ਨੂੰ ਨਵਾਜਦਾ ਰਿਹਾ। ਸੋ ਗਰੀਬਾਂ ਨੂੰ ਨਵਾਜਣ ਵਾਲੇ ਅੱਜ ਵੀ ਕੋਈ ਪੈਦਾ ਹੋ ਜਾਣ ਸੰਸਾਰ 'ਚ, ਤੇ ਸਿੱਖੀ ਦੀ ਜਿਹੜੀ ਪੁਰਪੁਰਥਾ ਹੀ ਹੈ ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਸੰਸਾਰ ਵਿੱਚ ਹੋਵੇ। ਗੁਰੂ ਦਾ ਡੰਕਾ ਵੈਸੇ ਵੱਜ ਰਿਹਾ ਦੁਨੀਆਂ ਦੇ ਵਿੱਚ, ਹੌਲੀ ਹੌਲੀ ਜਾਗਰਤੀ ਆਏਗੀ ਤੇ ਗੁਰੂ ਦਾ ਜਸ ਜਿਹੜਾ ਦੁਨੀਆਂ ਦਾ ਆਏਗੀ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਆਪਾਂ ਨਾਮ ਬਾਣੀ ਨਾਲ ਜੁੜੀਏ, ਆਪ ਬਾਣੀ ਪੜ੍ਹੀਏ, ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਵੀ ਜੇ ਪੜ੍ਹਾ ਸਕੀਏ, ਤਾਂ ਕਿ ਉਹ ਵੱਡੇ ਹੋ ਕੇ ਗੁਰੂ ਦੇ ਰਾਹ 'ਤੇ ਤੁਰ ਸਕਣ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲ ਸਕਣ। ਇਹ ਤਾਂ ਮਨਾਇਆ ਹੋਇਆ ਆਪਣਾ ਸਫਲਾ ਹੈ। ਅਤੇ ਜੇ ਆਪਾਂ ਆਪਣੇ ਬਾਬੇ ਨੇ ਵੀ ਕਿਤੇ ਕਬਰ 'ਤੇ ਤੇਲ ਪਾਇਆ ਅਤੇ ਅਸੀਂ ਵੀ ਪਾਉਂਦੇ ਰਹੀਏ, ਫਿਰ ਸਾਡੇ ਵਾਸਤੇ ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਦੁੱਖ ਦੀ ਗੱਲ ਹੈ। ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਆਪਾਂ ਨੇ ਕਿਸੇ ਮੜੀ ਮਸਾਨ ਨੂੰ ਨਹੀਂ ਪੂਜਣਾ, ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਹੈ। ਸੋ ਇਸ ਕਰਕੇ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹਨ। ਆਪਾਂ ਨੇ ਕਿਤੇ ਮੜੀਆਂ ਮਸਾਣਾਂ ਨੂੰ ਨਹੀਂ ਪੂਜਣਾ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣਾ ਹੈ ਅਤੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਭਣਾ ਹੈ। ਇਹ ਗੁਰੂ ਸਾਹਿਬ ਜੀ ਦਾ ਆਪਾਂ ਨੂੰ ਪੈਗਾਮ ਹੈ। ਨਾਨੋ ਦੇ ਘਰ ਇਹੀ ਉਪਦੇਸ਼ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਦਿੱਤਾ ਹੈ ਆਪਾਂ ਨੂੰ ਕਿ ਗਰੀਬ ਦੀ ਜਿਹੜੀ ਹੈ ਮਦਦ ਕਰੋ, ਤਾਂ ਕਿ ਆਪਾਂ ਨੂੰ ਪਰਮਾਤਮਾ ਦੀ ਗੁਰੂ ਦੀ ਖੁਸ਼ੀ ਮਿਲ ਸਕੇ। ਸੋ ਗੁਰੂ ਪਿਆਰੇ ਖਾਲਸਾ ਸਾਹਿਬ ਸਿੰਘ ਜੀ ਦੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਹੈ ਸ਼ਹੀਦ ਬਾਬਾ ਰਾਮ ਸਿੰਘ ਜੀ, ਇੱਥੋਂ ਦੇ ਜਿੰਨੇ ਪ੍ਰਬੰਧਕ ਜਨ, ਪੱਤੀ ਚੌਧਰੀ ਵਾਲਾ ਸਮੂਹ ਸੰਗਤ ਦਾ, ਅਤੇ ਇੱਥੋਂ ਦੇ ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਸਤਨਾਮ।
ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।